ਅਸੀਕਾਲ ਆਈ ਵਰਲਡ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਇਹ ਸਪੈਸ਼ਲ ਐਪੀਸੋਡ ਦੇਖ ਰਹੇ ਹੋ। ਇਸ ਐਪੀਸੋਡ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਨਵੀਂ ਸਪੋਰਟਸ ਪਾਲਿਸੀ ਆਈ ਆ ਉਹਦੇ ਮੁਤਾਬਕ ਗੱਲਬਾਤ ਕਰਾਂਗੇ ਕਿ ਬਈ ਸਪੋਰਟਸ ਪਾਲਿਸੀ ਜਿਹੜੀ ਆ ਗਈ ਠੀਕ ਹੈ, ਸਰਕਾਰ ਨੇ ਕੀਤਾ ਜਾਂ ਕਹਿ ਲਓ ਕਿ ਇੱਕ ਵਧੀਆ ਕਦਮ ਲਿਆ, ਤਾਂ ਉਹਦੇ ਵਿੱਚ ਹੁਣ ਅਸੀਂ ਇਸ ਸਪੋਰਟਸ ਪਾਲਿਸੀ ਨੂੰ ਮਤਲਬ ਦੇਖਦੇ ਕਿੱਦਾਂ ਹੈ, ਕੀ ਕੁਛ ਹੈ ਇਹਦੇ ਵਿੱਚ, ਅਤੇ ਇਹਦੇ ਨਾਲ ਨਾਲ ਇਹ ਜਾਣਨ ਦਾ ਯਤਨ ਕਰਾਂਗੇ ਕਿ ਬਈ ਪਿੰਡਾਂ ਦੇ ਵਿੱਚੋਂ ਜਾਂ ਕਹਿ ਲਓ ਕਿ ਬਈ ਪਿੰਡਾਂ ਵਾਲੇ ਜਿਹੜੇ ਗਰਾਊਂਡ ਨੇ ਉਹਨਾਂ ਦੇ ਵਿੱਚੋਂ ਅਸੀਂ ਪਲੇਅਰਾਂ ਨੂੰ ਉੱਪਰ ਤੱਕ ਕਿਵੇਂ ਲੈ ਕੇ ਜਾ ਸਕਦੇ ਆ, ਉਹਨਾਂ ਨੂੰ ਸੋਨੇ ਚਾਂਦੀ ਦੇ ਤਗਮੇ ਤੱਕ ਕਿਵੇਂ ਪਹੁੰਚਾ ਸਕਦੇ ਆ। ਸੋ ਇਸ ਮੁਤਾਲਕ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਜਗਰੂਪ ਸਿੰਘ ਜਰਖੜ ਜੀ ਸਾਡੇ ਨਾਲ ਨੇ, ਜਿਹੜੇ ਖਾਸ ਕਰ ਸਪੋਰਟਸ ਬੀਟ ਦੇ ਉੱਤੇ ਲੰਬਾ ਸਮਾਂ ਉਹਨਾਂ ਨੇ ਕੰਮਕਾਜ ਕੀਤਾ ਅਤੇ ਬਹੁਤ ਸਾਰੇ ਆਰਟੀਕਲ ਉਹਨਾਂ ਦੇ ਜਿਹੜੇ ਛਾਪੇ ਨੇ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਆਰਟੀਕਲ ਆ ਜਿਹੜੇ ਉਹ ਤੁਸੀਂ ਵੀ ਪੜ੍ਹੇ ਹੋਣਗੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਅਤੇ ਫਿਰ ਇਹ ਚਰਚਾ ਸ਼ੁਰੂ ਕਰਦੇ ਆ। ਸਤਿ ਸ਼੍ਰੀ ਅਕਾਲ ਜਰਖੜ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਜਰਖੜ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹੋ ਜਾਣਨਾ ਚਾਹੂੰਗਾ ਨਵੀਂ ਪਾਲਿਸੀ ਬਾਰੇ ਤੁਹਾਡੀ ਟਿੱਪਣੀ ਲੈਣੀ ਚਾਹੂੰਗਾ। ਬੇਸ਼ੱਕ ਪਾਲਿਸੀ ਹਾਲੇ ਖੁੱਲ੍ਹ ਕੇ ਤਾਂ ਨਹੀਂ ਸਾਹਮਣੇ ਆਈ, ਪਰ ਜਿੰਨੀ ਕੁ ਆਈ ਹੈ ਜਾਂ ਮੀਡੀਆ ਜ਼ਰੀਏ ਆਇਆ ਤਾਂ ਉਹਦੇ ਬਾਬਤ ਤੁਹਾਡੀ ਟਿੱਪਣੀ ਲੈਣੀ ਚਾਹੂੰਗਾ ਬਈ, ਕਿਵੇਂ ਦੇਖਦੇ ਹੋ ਪਹਿਲਾਂ? ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਚਲੋ ਜਿੱਦਾਂ ਵੀ ਆ ਇੱਕ ਨਵੀਂ ਪਾਲਿਸੀ ਬਣਾਉਣ ਦਾ ਜੋ ਉਪਰਾਲਾ ਕੀਤਾ ਉਹ ਬੜਾ ਸ਼ਲਾਘਾਯੋਗ ਕਦਮ, ਕਿਉਂਕਿ ਮੈਂ 1992 ਤੋਂ ਜਦ ਤੋਂ ਇਹ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਰਾਸ਼ਟਰਪਤੀ ਰਾਜ ਤੋਂ ਬਾਅਦ, ਤਾਂ ਸਰਕਾਰਾਂ ਦਾ ਇੱਕ ਬਿਆਨਬਾਜ਼ੀ ਹੁੰਦੀ ਸੀ ਕਿ ਪੰਜਾਬ ਦੇ ਵਿੱਚ ਆਪਣੇ ਖੇਡਾਂ ਦੇ ਵਿੱਚ ਪਹਿਲ ਦੇ ਦਰ ਤੇ ਆਹ ਕੁਛ ਕਰਾਂਗੇ ਉਹ ਕਰਾਂਗੇ, ਪਰ ਹੋਇਆ ਕੁਛ ਨੀ ਹੈਗਾ ਹੁਣ ਤੱਕ। ਸਰਕਾਰਾਂ ਦੇ ਨਾਮੇ ਰਹਿ ਗਏ, ਇੱਥੋਂ ਤੱਕ ਕਿ ਖੇਡ ਮੰਤਰੀ ਵੀ ਸਾਡੇ ਓਲੰਪੀਅਨ ਪੱਧਰ ਦੇ ਖਿਡਾਰੀ ਪੰਜਾਬ ਦੀ ਹਿਸਟਰੀ ਤੇ ਇੱਕ ਬੜਾ ਨਵਾਂ ਰਿਕਾਰਡ ਕਾਇਮ ਹੋਇਆ ਵੀ ਜਦੋਂ ਇੱਕ ਓਲੰਪੀਅਨ ਪੱਧਰ ਦੇ ਖਿਡਾਰੀ ਨੂੰ ਖੇਡ ਮੰਤਰੀ ਬਣਾਇਆ ਗਿਆ, ਤਾਂ ਉੱਥੇ ਬੜੀਆਂ ਆਸਾਂ ਸੀਗੀਆਂ। ਤੇ ਮੇਰਾ ਸ਼ਾਇਦ ਤੁਸੀਂ ਆਰਟੀਕਲ ਪੜ੍ਹਿਆ ਹੋਊਗਾ ਤੇ 2 ਅਕਤੂਬਰ ਨੂੰ ਜਾਂ 1 ਅਕਤੂਬਰ 2021 ਨੂੰ ਮੇਰਾ ਆਰਟੀਕਲ ਲੱਗਿਆ ਸੀ ਸਰਦਾਰ ਪ੍ਰਗਟ ਸਿੰਘ ਖੇਡ ਮੰਤਰੀ ਬਾਰੇ, ਵੀ ਕੰਡਿਆਂ ਦੀ ਸੇਜ ਆ ਖੇਡ ਮੰਤਰੀ ਦਾ ਅਹੁਦਾ, ਤੇ ਉਹਦੇ ਨਿਚੋੜ ਚ ਮੈਂ ਇੱਕ ਗੱਲ ਲਿਖੀ ਸੀ ਵੀ ਪਹਿਲੀ ਵਾਰ ਕੋਈ ਓਲੰਪੀਅਨ ਪੱਧਰ ਦਾ ਖਿਡਾਰੀ ਖੇਡ ਮੰਤਰੀ ਬਣਿਆ ਤੇ ਸਰਦਾਰ ਪ੍ਰਗਟ ਸਿੰਘ ਸੀ। ਇੱਕੋ ਹੀ ਕੰਮ ਕਰੋ, ਹੋਰ ਕੁਛ ਨਾ ਕਰੋ, ਤੁਸੀਂ ਇੱਕ ਏਦਾਂ ਦੀ ਸਾਰਥਕ ਕੋਈ ਪੋਜ਼ਿਟਿਵ ਸਪੋਰਟਸ ਪਾਲਿਸੀ ਬਣਾ ਦਿਓ ਕਿ ਜਿਹਦੇ ਨਾਲ ਆਉਣ ਵਾਲੀ ਸਰਕਾਰ ਆ ਉਹਨੂੰ ਪਾਲਿਸੀ ਲਾਗੂ ਕਰਨੀ ਪਵੇ ਔਰ ਖਿਡਾਰੀਆਂ ਨੂੰ ਕੋਈ ਨਾ ਕੋਈ ਫਾਇਦਾ ਹੋ ਜਾਏ। ਪਰ ਉਹ ਸਾਡੇ ਸਰਦਾਰ ਪ੍ਰਗਟ ਸਿੰਘ ਵੀ ਕੋਈ ਪਾਲਿਸੀ ਨਹੀਂ ਬਣਾਈ। ਮੈਂ ਇਸ ਕਰਕੇ ਵੀ ਜਿਹੜੇ ਮੀਤ ਯਾਰ ਨੇ ਉਹਨਾਂ ਨੂੰ ਮੈਂ ਜ਼ਰੂਰ ਵਧਾਈ ਦਿੰਦਾ, ਸਰਦਾਰ ਭਗਵੰਤ ਮਾਨ ਉਹਨੂੰ ਦਿੰਦਾ ਵੀ ਅੱਗੇ ਪਤਾ ਤਾਂ ਲੱਗੂ ਵੀ ਕਦੋਂ ਇਹਨੂੰ ਅਮਲੀ ਜਾਮਾ ਪੈਂਦਾ ਤੇ ਉਹਦੇ ਕੀ ਨਤੀਜੇ ਆਉਂਦੇ ਆ। ਜਿੰਨੀ ਵੀ ਉਹਨਾਂ ਨੇ ਜੋ ਪਾਲਿਸੀ ਪੜ੍ਹੀ ਆ, ਲੇਕਿਨ ਮੈਂ ਵੀ ਬਰੀਫ ਬਰੀਫ ਜੀ ਪੜ੍ਹੀ ਆ, ਜੇ ਪੂਰੀ ਡਿਟੇਲ 'ਚ ਨਹੀਂ ਪੜ੍ਹੀ ਹੈਗੀ, ਪਰ ਜੋ ਉਹਨਾਂ ਨੇ ਬੜਾ ਸਲਾਘਾ ਜੋਗਾ। ਜੀ 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 ਬਿਲਕੁਲ ਬਿਲਕੁਲ ਜਰਖੜ ਸਾਹਿਬ, ਵੈਸੇ ਤਾਂ ਉਪਰਾਲਾ ਬਹੁਤ ਵਧੀਆ, ਚਲੋ ਇਹ ਹੈ ਕਿ ਦੂਜੀ ਗੱਲ ਇਹ ਕਿ ਨਾਲ ਦੀ ਨਾਲ ਕੁਛ ਪਹਿਲਾਂ ਨਾਲੋਂ ਵਧਾ ਕੇ ਦਿੱਤਾ, ਪਰ ਸਾਡੇ ਗੁਆਂਢੀ ਰਾਜ ਜਿਹੜਾ ਹਰਿਆਣਾ ਉਹਦੇ ਮੁਕਾਬਲੇ ਅਸੀਂ ਹਲੇ ਵੀ ਬਹੁਤ ਪਿੱਛੇ ਹਾਂ ਨਾ। ਮੇਰੇ ਖਿਆਲ ਨਾਲ ਥੋੜ੍ਹਾ ਜਿਹਾ ਹੋਰ ਹੌਲੀ ਹੌਲੀ ਇਹਦੇ ਵਿੱਚ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਟੈਪ ਥੋੜ੍ਹੇ ਲੈਣੇ ਪੈਣਗੇ ਕਿ ਬਈ ਥੋੜ੍ਹਾ ਜਿਹਾ ਹੋਰ ਇੰਪਰੂਵਮੈਂਟ ਹੋ ਜਾਵੇ, ਤਾਂ ਜੋ ਸਾਡੇ ਪਲੇਅਰ ਆ ਜਿਹੜੇ ਆਖਣ ਕਿ ਬਈ ਜੇ ਅਸੀਂ ਉਹਨਾਂ ਦੇ ਬਰਾਬਰ ਮਿਹਨਤ ਕਰ ਰਹੇ ਹਾਂ ਤਾਂ ਸਾਨੂੰ ਤੇ ਬਰਾਬਰ ਹੀ ਜਿਹੜਾ ਮਾਣ ਭੱਤਾ ਜਾਂ ਹੋਰ ਸੇਵਾਵਾਂ ਜਿਹੜੀਆਂ ਬਰਾਬਰ ਹੀ ਮਿਲਣ ਉਹਨਾਂ ਦੇ। ਸਹਿਮਤ ਹੋ ਇਸ ਚੀਜ਼ ਨਾਲ ਜੀ? ਮੈਂ ਸੰਦਾਨਾ ਜੀ, ਜਦੋਂ ਸਰਕਾਰ ਬਣੀ ਹੈ ਮੈਨੂੰ ਮੀਤ ਯਾਰ ਸਾਹਿਬ ਨੇ ਬੁਲਾਇਆ ਸੀ, ਉਹਨਾਂ ਨੇ ਕਾਫੀ ਰਹਿ ਮਸਲਾ ਲਿਆ ਸੀ ਕੀ ਹੋਵੇ। ਮੈਂ ਉਹਨਾਂ ਨੂੰ ਇੱਕੋ ਸਲਾਹ ਦਿੱਤੀ ਸੀ ਵੀ ਅਗਰ ਪੰਜਾਬ ਨੂੰ ਦੁਨੀਆਂ ਦੇ ਵਿੱਚ ਟੌਪ ਤੇ ਪਹੁੰਚਦਾ ਕਰਨਾ ਤਾਂ ਫਿਰ ਅਮੈਰੀਕਾ ਤੇ ਚੀਨ ਦੀ ਸਪੋਰਟਸ ਪਾਲਿਸੀ ਦੀ ਨਕਲ ਕਰ ਲਓ, ਠੀਕ ਹੈ। ਜੇ ਤੁਸੀਂ ਚੀਨ ਦੀ ਜਾਂ ਅਮੈਰੀਕਾ ਦੀ ਪਾਲਿਸੀ ਦੀ ਨਕਲ ਨਹੀਂ ਕਰ ਸਕਦੇ ਤਾਂ ਤੁਸੀਂ ਹਰਿਆਣਾ ਝਾਰਖੰਡ ਇਹਨਾਂ ਸਟੇਟਾਂ ਦੀ ਸਪੋਰਟਸ ਪਾਲਿਸੀ ਦੇਖ ਲਓ ਵੀ ਆਪਣੇ ਨਾਲ ਬਹੁਤ ਬਿਹਤਰ ਆ ਜੀ। ਤੇ ਚਲੋ ਉਹਨਾਂ ਨੇ ਕੀਤਾ, ਪਰ ਹਰਿਆਣਾ ਸਾਡੇ ਨਾਲ ਅਜੇ ਵੀ ਬਿਹਤਰ ਆ, ਸਪੋਰਟਸ ਪਾਲਿਸੀ ਵਿੱਚ ਵੀ ਬਿਹਤਰ ਆ ਤੇ ਨਤੀਜਿਆਂ ਵਿੱਚ ਤਾਂ ਬਿਹਤਰ ਹੈਗਾ ਹੀ ਆ। ਪਰ ਮੈਂ ਕਹਿੰਦਾ ਜਿੰਨੀ ਕੁ ਪਾਲਿਸੀ ਬਣੀ ਆ ਜੋ ਮੈਂ ਪੜ੍ਹ ਰਿਹਾ ਸੀ, ਅਗਰ ਇਹਨੂੰ ਪੂਰਾ ਅਮਲੀ ਪੈ ਜਾਵੇ ਤਾਂ ਪੰਜਾਬ ਦੇ ਨਤੀਜੇ ਖੇਡਾਂ ਬਹੁਤ ਵਧੀਆ ਆ ਸਕਦੇ ਨੇ, ਕਿਉਂਕਿ ਇਸ ਟਾਈਮ ਵੱਡੀ ਲੋੜ ਇਨਾਮਾਂ ਦੀ ਨੀ ਹੈਗੀ। ਜਿਵੇਂ ਹਰਿਆਣਾ ਦਾ ਜਿਹੜਾ ਓਲੰਪਿਕ ਇਨਾਮ ਆ ਉਹ 6 ਕਰੋੜ ਰੁਪਇਆ ਗੋਲਡ ਮੈਡਲਿਸਟ ਨੂੰ, ਹਾਂਜੀ ਬਿਲਕੁਲ, ਸਿਲਵਰ ਨੂੰ 4 ਕਰੋੜ ਆ ਔਰ 3 ਕਰੋੜ ਰੁਪਇਆ ਬ੍ਰੌਂਜ ਮੈਡਲ ਨੂੰ। ਸਾਡੀ ਜਿਹੜੀ ਨਵੀਂ ਪਾਲਿਸੀ ਆਈ ਆ ਉਹਦੇ 3 ਕਰੋੜ 2 ਕਰੋੜ 1 ਕਰੋੜ ਅਸੀਂ ਅੱਧ ਚ ਹੀ ਅਜੇ ਬੈਠੇ ਹਾਂ। ਪਰ ਮੈਂ ਉਹਨਾਂ ਦੱਸੀ, ਪਰ ਮੈਂ ਕਹਿੰਦਾ ਵੀ ਜੋ ਗ੍ਰਾਸ ਰੂਟ ਤੇ ਕੰਮ ਹੋਣਾ ਚਾਹੀਦਾ, ਜੋ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ, ਜੋ ਇਸ ਸਪੋਰਟਸ ਪਾਲਿਸੀ ਵਿੱਚ ਨਹੀਂ ਹੋਇਆ
ਜਿਹਦਾ ਮੈਨੂੰ ਦੁੱਖ ਆ ਉਹ ਇਹ ਸੀਗਾ ਵੀ ਇਸ ਸਪੋਰਟਸ ਪਾਲਿਸੀ ਦੇ ਵਿੱਚ ਸਕੂਲਾਂ ਦੇ ਵਿੱਚ ਖੇਡਾਂ ਨੂੰ ਲਾਜ਼ਮੀ ਸਬਜੈਕਟ ਬਣਾਉਣਾ ਜ਼ਰੂਰੀ ਸੀਗਾ। ਠੀਕ ਆ, ਅਗਰ ਖੇਡਾਂ ਜ਼ਰੂਰੀ ਹੋ ਜਾਂਦੀਆਂ ਤਾਂ ਬੱਚਿਆਂ ਬਹੁਤ ਸਾਰੇ ਬੱਚਿਆਂ ਨੇ ਜੁੜਨਾ ਸੀ। ਔਰ ਪਬਲਿਕ ਸਕੂਲਾਂ ਦੇ ਵਿੱਚ ਜਿੱਥੇ ਸਾਡਾ ਇਸ ਟਾਈਮ ਸਾਰੀ ਕਰੀਮ ਆ ਪੰਜਾਬ ਦੀ ਜਾਂਦੀ, ਉਹਦੇ ਵਿੱਚ ਸਪੋਰਟਸ ਲਈ ਕੋਈ ਨਾ ਕੋਈ ਵੱਖਰਾ ਹੋਣਾ ਚਾਹੀਦਾ ਸੀ ਤੇ ਉਹਨਾਂ ਨੂੰ ਕੋਈ ਇਹੋ ਜਿਹੀਆਂ ਹਦਾਇਤਾਂ ਹੋਣੀਆਂ ਚਾਹੀਦੀਆਂ ਸੀ ਵੀ ਉਹ ਸਪੋਰਟਸ ਹਰ ਸਕੂਲ ਦੇ ਵਿੱਚ ਹੋਵੇ। ਔਰ ਈਵਨ ਮੈਂ ਤਾਂ ਇਹ ਵੀ ਕਿਹਾ ਸੀ ਵੀ ਉਸ ਸਕੂਲ ਨੂੰ ਹੀ ਅਪਗ੍ਰੇਡ ਕਰੋ ਜਾਂ ਉਸ ਸਕੂਲ ਨੂੰ ਰੈਕੋਗਨਾਈਜ਼ ਕਰੋ ਤੇ ਜਿਹੜੇ ਸਕੂਲ ਦੇ ਕੋਲ ਆਪਣੀ ਗਰਾਊਂਡ ਹੋਵੇ, ਜਿਹੜਾ ਸਕੂਲ ਹੀ ਦੋ ਕਮਰੇ ਤੁਸੀਂ ਸਪੋਰਟਸ ਦੇ ਰਿਜ਼ਲਟ ਕੀ ਦੇ ਦੂਗਾ। ਤੇ ਚਲੋ ਇਹ ਇੱਕ ਲੰਬੀਆਂ ਦੂਸਰੇ ਪਾਸੇ ਦੀਆਂ ਗੱਲਾਂ ਨੇ, ਪਰ ਜੋ ਇਹ ਸਪੋਰਟਸ ਪਾਲਿਸੀ ਦੇ ਵਿੱਚ ਆਇਆ ਤੇ ਉਹ ਮੈਨੂੰ ਕਾਫੀ ਗੱਲਾਂ ਵਧੀਆ ਲੱਗੀਆਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੀ ਪੱਧਰ ਤੇ ਕੋਚਾਂ ਦੀ ਭਰਤੀ ਆ, ਅਗਰ 2300-2400 ਕੋਚਾਂ ਦੀ ਭਰਤੀ ਹੋ ਜਾਂਦੀ ਆ ਤਾਂ ਅਸੀਂ ਹਰਿਆਣਾ ਨੂੰ ਬਹੁਤ ਬਿਹਤਰ ਹੋ ਜਾਵਾਂਗੇ, ਕਿਉਂਕਿ ਜਿਹੜੀ ਸਿਖਲਾਈ ਦੇਣੀ ਉਹ ਤਾਂ ਕੋਚ ਨਹੀਂ ਦੇ। ਤੇ ਦੂਸਰਾ ਤੇ ਜਿਹੜਾ ਅੱਜ ਮੈਂ ਭਗਵੰਤ ਮਾਨ ਦੀ ਸਟੇਟ ਪੜ੍ਹ ਲਿਆ ਸੀਗਾ ਵੀ 6-17 ਸਾਲ ਦੇ ਬੱਚਿਆਂ ਲਈ ਸਪੋਰਟਸ ਪਾਲਿਸੀ ਦੇ ਵਿੱਚ ਉਹਨਾਂ ਨੂੰ ਖੇਡਣਾ ਲਾਜ਼ਮੀ ਹੋਏਗਾ ਔਰ ਪਿੰਡਾਂ ਦੇ ਵਿੱਚ ਖੇਡ ਨਰਸਰੀਆਂ ਪੈਦਾ ਹੋਣਗੀਆਂ। ਔਰ ਜੇ ਮੇਰਾ ਖਿਆਲ ਆ ਹਰ 5-7 ਪਿੰਡਾਂ ਦੇ ਮਗਰ ਇੱਕ ਨਰਸਰੀ ਪੈਦਾ ਵੀ ਹੋ ਜਾਏ ਤੇ ਤਾਂ ਉਹਦੇ ਨਾਲ ਵੀ ਸਪੋਰਟਸ ਕਾਫੀ ਪ੍ਰਫੁੱਲਤ ਹੋ ਜਾਵੇਗੀ। ਤੇ ਬਾਕੀ ਚਲੋ ਵਧੀਆ। ਤੇ ਇੱਕ ਹੋਰ ਆ ਵੀ ਜਿਹੜਾ ਇਹਨਾਂ ਨੇ ਓਲੰਪਿਕ ਪੱਧਰ ਦੀਆਂ ਖੇਡਾਂ ਨੂੰ ਹੀ ਤਰਜੀਹ ਦਿੱਤੀ ਆ ਉਹ ਇੱਕ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈਗਾ ਵਾ, ਕਿਉਂਕਿ ਜਦੋਂ ਬੱਚੇ ਓਲੰਪਿਕ ਪੱਧਰ ਦੀਆਂ ਖੇਡਾਂ ਵੱਲ ਜਾਣਗੇ ਔਰ ਉਹ ਖੇਡਣਗੇ ਤਾਂ ਉਹ ਗਾਹ ਕੇ ਕੁਆਲੀਫਾਈ ਕਰਨਗੇ ਤੇ ਸਾਡਾ ਓਲੰਪਿਕ ਦੇ ਵਿੱਚ ਜਾਂ ਸਾਡਾ ਕਾਮਨਵੈਲਥ ਗੇਮ ਦੇ ਵਿੱਚ ਜਾਂ ਸਾਡਾ ਏਸ਼ੀਅਨ ਖੇਡਾਂ ਦੇ ਵਿੱਚ ਆਪਦੇ ਆਪ ਨਤੀਜਾ ਵਧੀਆ ਆ ਜਾਊਗਾ। ਇੱਕ ਵਕਤ ਸੀ ਹਾਕੀ ਹਰ ਪਿੰਡ ਦੇ ਵਿੱਚ ਹਰ ਰਸਤੇ ਵਿੱਚ ਖੁਦੋ ਖੁੰਡੀ ਖੇਡੀ ਜਾਂਦੀ ਸੀਗੀ, ਹਾਕੀ ਦਾ ਕਰੇਜ਼ ਸੀ, ਟ੍ਰੈਂਡ ਸੀ ਜਿਵੇਂ ਅੱਜ ਦੀ ਕ੍ਰਿਕਟ ਆ ਉਸ ਵਕਤ ਸੀ, ਪਰ ਉਸ ਵਕਤ ਜੇ ਹਰ ਪਿੰਡ ਚ ਖੁਦੋ ਖੁੱਡੀ ਖੇਡੀ ਜਾਂਦੀ ਸੀ ਤਾਂ ਹਾਕੀ ਸਾਡੀ ਵਰਲਡ ਦੇ ਵਿੱਚ ਸਾਡੇ ਨਤੀਜੇ ਵੀ ਵਧੀਆ ਸੀ ਔਰ ਪੰਜਾਬ ਦੇ ਵਰਲਡ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਪਹਿਚਾਣ ਆ ਉਹ ਵੀ ਵੱਖਰੀ ਸੀ। ਮੈਨੂੰ ਯਾਦ ਆ ਸਾਨੂੰ 2003 ਦੇ ਵਿੱਚ ਮੈਂ ਚੈਂਪੀਅਨ ਟਰੋਫੀ ਕੋਲ ਸੀਗਾ, ਮੈਨੂੰ ਇੱਕ ਹਾਲੈਂਡ ਦੇ ਜਰਨਲਿਸਟ ਨੇ ਸਵਾਲ ਕੀਤਾ, ਉਹ ਕਹਿੰਦਾ ਮਿਸਟਰ ਸਿੰਘ ਵੀ ਤੁਹਾਡੇ ਟੀਮ ਦੇ ਵਿੱਚ ਸਿੰਘ ਤਾਂ ਪਹਿਲਾਂ ਹੀ ਤਰ੍ਹਾਂ ਹੈਗਾ ਪਰ ਸਿਰਾਂ ਦੇ ਉੱਤੇ ਜੁੜੇ ਹੈ ਨਹੀਂ, ਕਿਉਂ ਗਾਇਬ ਹੋ ਗਏ? ਠੀਕ ਹੈ ਵੀ ਇਸ ਕਰਕੇ ਵੀ ਸਾਡੀ ਪੰਜਾਬੀਆਂ ਦੀ ਇੱਕ ਵਿਲੱਖਣ ਪਹਿਚਾਣ ਸੀ ਤੇ ਹੁਣ ਜੋ ਸਾਡੇ ਮੁੰਡੇ ਅੱਜ ਵੀ ਇੰਡੀਆ ਦੀ ਹਾਕੀ ਟੀਮ 7-8 ਮੁੰਡੇ ਜੁੜੇ ਵਾਲੇ ਖੇਡਦੇ ਆ ਤਾਂ ਅਸੀਂ ਆਪਦੇ ਆਪ ਚ ਤੁਹਾਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਪੰਜਾਬੀਆਂ ਦੀ ਪਹਿਚਾਣ ਦੁਨੀਆਂ ਦੇ ਵਿੱਚ ਵਿਖਰੀ ਹੋਈ ਆ। ਮਿਲਖਾ ਸਿੰਘ ਇੱਕ ਸਾਡਾ ਅਸੀਂ ਕ੍ਰਿਕਟ ਪੈਦਾ ਕੀਤਾ, ਅੱਜ ਤੱਕ ਅਸੀਂ ਉਹ ਜਿਹਾ ਅਥਲੀਟ ਨਹੀਂ ਪੈਦਾ ਕਰ ਸਕੇ, ਜੇ ਅੱਜ ਅਸੀਂ ਮਿਲਖਾ ਸਿੰਘ ਤੋਂ ਬਾਅਦ 50 ਅਥਲੀਟ ਪੈਦਾ ਕੀਤੇ ਹੁੰਦੇ ਸਿੱਖਾਂ ਦੀ ਪੰਜਾਬੀਆਂ ਦੀ ਪਹਿਚਾਣ ਕਿਤੇ ਦੀ ਕਿਤੇ ਹੋਰ ਹੋਣੀ ਸੀ। ਇਸ ਕਰਕੇ ਵਧੀਆ ਸਕੂਲਾਂ ਦੇ ਵਿੱਚ ਖੇਡਾਂ ਵੱਲ ਚੇਚਾ ਧਿਆਨ ਜਾਏਗਾ ਤਾਂ ਉਹਦੇ ਨਤੀਜੇ ਕਾਲਜ ਪੱਧਰ ਦੀ ਸਪੋਰਟਸ ਵਿੱਚ ਮਿਲਣਗੇ, ਜਦੋਂ ਕਾਲਜ ਪੱਧਰ ਦੇ ਨਤੀਜੇ ਵਧੀਆ ਆਉਣਗੇ ਉਹਦੇ ਗਾਹਾਂ ਨੈਸ਼ਨਲ ਪੱਧਰ ਤੇ ਆਪਣੇ ਇੰਟਰਨੈਸ਼ਨਲ ਪੱਧਰ ਦੇ ਨਤੀਜੇ ਵਧੀਆ ਮਿਲਣਗੇ। ਜੀ 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 ਬਿਲਕੁਲ ਬਿਲਕੁਲ ਜੀ। ਜਰਖੜ ਸਾਹਿਬ ਕੋਈ ਐਸੀ ਚੀਜ਼ ਤੁਹਾਡੇ ਧਿਆਨ ਵਿੱਚ ਹੋਵੇ ਕਿ ਜਿਹੜੀ ਚੀਜ਼ ਲੱਗਦਾ ਬਈ ਜਿਹਦੇ ਉੱਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਜਾਂ ਕਹੋ ਕਿ ਇਸ ਪਾਲਿਸੀ ਦੇ ਵਿੱਚ ਉਹ ਚੀਜ਼ ਹਿੱਸਾ ਹੋ ਜਾਏ ਜਾਂ ਉਹ ਚੀਜ਼ ਅੱਗੇ ਇੰਪਰੂਵਮੈਂਟ ਹੋ ਜਾਏ ਜਦੋਂ ਵੀ ਕਿਤੇ ਕੁਛ ਟਾਈਮ ਬਾਅਦ ਇਹਦੇ ਵਿੱਚ ਸੋਧ ਹੁੰਦੀ ਆ ਜਾਂ ਸਰਕਾਰ ਤੱਕ ਕੋਈ ਮੈਸੇਜ ਪਹੁੰਚਦਾ ਕਿ ਸਰਕਾਰ ਦੇ ਧਿਆਨ 'ਚ ਜੇ ਕੋਈ ਐਸੀ ਗੱਲਬਾਤ? ਇੱਕ ਤਾਂ ਜੀ ਹਰ ਸਕੂਲ ਦੇ ਵਿੱਚ ਖੇਡਾਂ ਦਾ ਇੱਕ ਪੀਰੀਅਡ ਲਾਜ਼ਮੀ ਹੋਣਾ ਚਾਹੀਦਾ, ਖੇਡਾਂ ਦਾ ਸਬਜੈਕਟ ਜ਼ਰੂਰੀ ਹੋਣਾ ਚਾਹੀਦਾ। ਇੱਕ ਜਿਹੜੀਆਂ ਸੰਸਥਾਵਾਂ ਜਿਹੜੀਆਂ NGO ਆਪਦੇ ਦਮ ਦੇ ਉੱਤੇ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੀ ਬਦੌਲਤ ਹੁਣ ਵਧੀਆ ਨਤੀਜੇ ਆਏ ਨੇ, ਜਿੱਦਾਂ ਮੈਂ ਤੁਹਾਨੂੰ ਦੱਸਦਾ ਰੁੜਕਾ ਪਿੰਡ ਆ ਕਿਰਾਇਆਂ ਦੇ ਲਾਗੇ ਉੱਥੇ ਫੁੱਟਬਾਲ ਅਕੈਡਮੀ ਬੜੀ ਵਧੀਆ ਚੱਲ ਰਹੀ ਆ ਔਰ ਸਾਡੇ ਜਰਖੜ ਹਾਕੀ ਦਾ ਸੈਂਟਰ ਬੜਾ ਵਧੀਆ ਚੱਲ ਰਿਹਾ, ਬੋਕਸਿੰਗ ਚੱਲ ਰਹੀ ਆ ਔਰ ਚੱਕਰ ਦੇ ਵਿੱਚ ਬੋਕਸਿੰਗ ਹੋ ਰਹੀ ਆ, ਪਿੰਡ ਰਾਮਪੁਰਾ ਦਰਾਹੇ ਦੇ ਲਾਗੇ ਉੱਥੇ ਬੜੀ ਵਧੀਆ ਹਾਕੀ ਹੋ ਰਹੀ ਆ। ਜਿੱਥੇ ਜਿੱਥੇ ਜਿਹੜੀ ਸਪੋਰਟਸ ਆਪਦੇ ਦਮ ਦੇ ਉੱਤੇ ਚੱਲ ਰਹੀ ਆ ਉਹਨਾਂ ਦੀ ਸਾਰ ਲਈ ਜਾਵੇ, ਉਹਨਾਂ ਨੂੰ ਸਾਲਾਨਾ ਪੱਕੀ ਗ੍ਰਾਂਟ ਲਾਈ ਜਾਵੇ ਤੇ ਉਹਨਾਂ ਨੂੰ ਇਹਦਾ ਖੇਡਾਂ ਦਾ ਡਿਪਾਰਟਮੈਂਟ ਦੇ ਨਾਲ ਜੋੜਿਆ ਜਾਵੇ, ਪਾਰਟ ਬਣਾਇਆ ਜਾਵੇ। ਇਸੇ ਤਰ੍ਹਾਂ ਜਿਹੜੇ ਸਕੂਲ ਨੇ, ਜਿਹੜੇ ਸਕੂਲਾਂ ਦੇ ਵਿੱਚ ਉਹ ਸਾਹਿਬਾਨ ਜਾਂ DP ਜਾਂ PTA ਟੀਚਰ ਸਾਹਿਬ ਜਿਹੜੇ ਆਪਦੇ ਦਮ ਦੇ ਉੱਤੇ ਮਿਹਨਤ ਕਰਦੇ ਨੇ, ਇੱਥੋਂ ਤੱਕ ਕਈ ਟੀਚਰਾਂ ਦਾ ਸਬਜੈਕਟ ਵੀ ਖੇਡਾਂ ਨਹੀਂ ਹੁੰਦਾ ਹੈਗਾ, ਉਹ ਕੋਈ ਸਾਇੰਸ ਟੀਚਰ ਹੁੰਦਾ, ਕੋਈ ਇੰਗਲਿਸ਼ ਟੀਚਰ ਹੁੰਦਾ, ਕੋਈ ਮੈਥ ਟੀਚਰ ਹੁੰਦਾ, ਪਰ ਉਹ ਵੀ ਸਪੋਰਟਸ ਕਰਾਉਂਦੇ ਨੇ। ਉੱਦਾਂ ਦੇ ਬੰਦਿਆਂ ਨੂੰ ਨਾਲ ਜੋੜਿਆ ਜਾਵੇ ਪੰਜਾਬ ਪੁਲਿਸ ਦੇ ਵਿੱਚ, ਬਹੁਤ ਪੁਰਾਣੇ ਜਿਹੜੇ ਪਲੇਅਰ ਬੈਠੇ ਨੇ ਉਹਨਾਂ ਦੀਆਂ ਸੇਵਾਵਾਂ, ਕਿਉਂਕਿ ਅਸੀਂ ਖੇਡਣਾ ਚਾਹੁੰਦਾ ਤਾਂ ਵਧੀਆ ਗੱਲ ਹੈ। ਇੱਕ ਬੜਾ ਵਧੀਆ ਕੀਤਾ ਵੀ ਜਿਹੜੇ ਪਲੇਅਰ ਮੈਡਲ ਲੈ ਕੇ ਆਉਣਗੇ, ਜਿਹੜੀਆਂ ਨੌਕਰੀਆਂ ਉਹਨਾਂ ਦਾ ਅਪਰਚੁਨਿਟੀ ਮਿਲੂ ਜੋਬ ਦੀ, ਉਹ ਸਪੋਰਟਸ ਡਿਪਾਰਟਮੈਂਟ ਦੇ ਨਾਲ ਜੋੜ ਦਿੱਤੀ ਆ, ਉਹ ਬਹੁਤ ਵਧੀਆ ਸ਼ਲਾਘਾਯੋਗ ਆ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ, ਇੱਕ ਬੰਦਾ ਓਲੰਪਿਕ ਚ ਮੈਡਲ ਆ ਗਿਆ
ਉਹ ਡਾਇਰੈਕਟ ਡੀਐਸਪੀ ਭਰਤੀ ਹੋ ਜਾਂਦਾ ਸੀ, ਮੁੜ ਕੇ ਉਹ ਖੇਡਾਂ ਦੇ ਖੜੇ ਛੱਡ ਜਾਂਦਾ ਸੀਗਾ। ਉਹਨੂੰ ਦਿਸਦਾ ਸੀ ਮੈਨੂੰ ਇੱਕ ਬੜਾ ਵਧੀਆ ਰੈਂਕ ਮਿਲ ਗਿਆ ਤੇ ਬੜੀ ਵਧੀਆ ਸੁਸਾਇਟੀ ਦੇ ਵਿੱਚ ਸਤਿਕਾਰ ਮਿਲ ਗਿਆ। ਨਹੀਂ ਤੇ ਜੇ ਕਿਸੇ ਪਲੇਅਰ ਨੂੰ ਬਣਾਉਣ ਦੇ ਵਿੱਚ ਜਾਂ ਬਣਨ ਦੇ ਵਿੱਚ ਟਾਈਮ ਲੱਗਿਆ ਜਾਂ ਕਿਸੇ ਨੇ ਬਣਾਇਆ, ਕੱਲ੍ਹ ਨੂੰ ਉਹ ਵੀ ਇੱਕ ਆਪਦਾ ਟਾਰਗੇਟ ਰੱਖੇ ਕਿ ਮੈਂ ਵੀ ਕੱਲ੍ਹ ਨੂੰ ਆਪਦੇ ਰਿਟਾਇਰਮੈਂਟ ਤੋਂ ਪਹਿਲਾਂ ਆਪਦੇ ਵਰਗਾ ਇੱਕ ਪਲੇਅਰ ਪੈਦਾ ਕਰਕੇ ਜਾਣਾ। ਤੇ ਇਹ ਵਧੀਆ ਕਿਉਂਕਿ ਸਪੋਰਟਸ ਡਿਪਾਰਟਮੈਂਟ ਦੀਆਂ ਟੀਮਾਂ ਵੀ ਬਣਨੀਆਂ ਚਾਹੀਦੀਆਂ ਨੇ, ਉਹਨਾਂ ਦੀ ਹਾਕੀ ਟੀਮ ਤਿਆਰ ਹੋਵੇ, ਜਰਖੜ ਸਾਹਿਬ ਤੁਹਾਡਾ ਲੰਬਾ ਤਜਰਬਾ ਰਿਹਾ ਖਾਸ ਕਰਕੇ ਜਿਹੜਾ ਸਪੋਰਟਸ ਬੀਟ ਦੇ ਉੱਤੇ, ਤਾਂ ਇੱਕ ਚੀਜ਼ ਦੇ ਵਿੱਚ ਜ਼ਰੂਰ ਚਾਨਣ ਪਾਇਓ ਜਾਂ ਤੁਹਾਡਾ ਤਜਰਬਾ ਦੱਸਿਓ ਕਿ ਇਸ ਚੀਜ਼ ਦਾ ਹੱਲ ਕੀ ਹੈ। ਤੁਹਾਨੂੰ ਪਤਾ ਕਿ ਬਈ ਖੇਡਾਂ ਜਿਹੜੀਆਂ ਨੇ ਆਲਮੋਸਟ ਮਹਿੰਗੀਆਂ ਬਹੁਤ ਹੋਊਗੀਆਂ, ਬੜੀਆਂ ਘੱਟ ਖੇਡਾਂ ਹੋਣਗੀਆਂ ਕਿ ਜਿਹੜੀਆਂ ਨੂੰ ਆਮ ਬੰਦਾ ਅਫੋਰਡ ਕਰ ਲਏ, ਤਾਂ ਇਸ ਚੀਜ਼ ਦਾ ਕੀ ਹੱਲ ਹੈਗਾ ਜੀ, ਤਾਂ ਜੋ ਕਿ ਸਾਡੇ ਜਿਹੜੇ ਆਮ ਛੋਟੇ ਘਰਾਂ ਦੇ ਮੁੰਡੇ ਕੁੜੀਆਂ ਨੇ ਉਹ ਬੱਚੇ ਵੀ ਜਿਹੜੇ ਮਤਲਬ ਕਹਿ ਲਓ ਕਿ ਬਈ ਉਹਨਾਂ ਕੋਲ ਕਈ ਵਾਰੀ ਐਬਿਲਿਟੀ ਵੀ ਹੁੰਦੀ ਹੈ, ਯੋਗਤਾ ਹੁੰਦੀ ਹੈ, ਬੜੇ ਡੈਡੀਕੇਟਡ ਹੁੰਦੇ ਆ, ਪਰ ਹੁੰਦਾ ਕੀ ਕਿ ਪੈਸੇ ਕਿੰਨੀ ਮਾਰ ਖਾ ਜਾਂਦੇ ਆ, ਅਫੋਰਡ ਨਹੀਂ ਕਰ ਪਾਉਂਦੇ ਇੰਨੀਆਂ ਮਹਿੰਗੀਆਂ ਖੇਡਾਂ ਦੀ ਜੀ। ਪਹਿਲੀ ਗੱਲ ਤਾਂ ਵੀ ਕਿਸੇ ਵੀ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ, ਠੀਕ ਆ। ਜਦੋਂ ਸਾਰਥਕ ਠੋਸ ਸਪੋਰਟਸ ਪਾਲਿਸੀ ਹੋਊਗੀ ਔਰ ਖਿਡਾਰੀ ਨੂੰ ਇਹ ਪਤਾ ਹੋਊਗਾ ਕਿ ਉਹਨੂੰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੱਕ ਮਿਲ ਜਾਣਾ ਵਾ, ਬੱਚਾ ਆਪਦੇ ਆਪ ਸਪੋਰਟਸ ਵੱਲ, ਕਿਉਂਕਿ ਹੁਣ ਬੱਚੇ ਕੋਈ ਮੈਡੀਕਲ 'ਚ ਜਾ ਰਿਹਾ, ਕੋਈ ਕਿਸੇ ਪ੍ਰੋਫੈਸਰ ਵੱਲ ਜਾ ਰਿਹਾ, ਕੋਈ ਪੁਲਿਸ ਭਰਤੀ ਨੂੰ ਜਾ ਰਿਹਾ, ਕਿਉਂ ਜਾ ਰਿਹਾ? ਤੇ ਉੱਧਰ ਉਹਨੂੰ ਲਾਲਚ ਦਿੰਦਾ, ਪੈਸਾ ਦਿੰਦਾ, ਉਹਨੂੰ ਉੱਥੇ ਸਟੇਟਸ ਦਿੰਦਾ ਵਾ। ਜਦੋਂ ਖਿਡਾਰੀ ਦਾ ਸਤਿਕਾਰ ਸੁਸਾਇਟੀ ਦੇ ਵਿੱਚ ਹੋਊਗਾ, ਜਿੱਦਾਂ 1975 ਵਰਲਡ ਕੱਪ ਜਿੱਤਿਆ ਸੀ, ਅੱਜ ਵੀ ਬੱਚੇ ਬੱਚੇ ਉਸ ਟਾਈਮ ਜੀਤਪਾਲ ਕਪਤਾਨ ਸੀ, ਸੁਰਜੀਤ ਸਿੰਘ ਨੇ ਫਾਈਨਲ ਦੇ ਵਿੱਚ ਗੋਲ ਕੀਤਾ ਸੀਗਾ, ਉਹ ਇੱਕ ਸੁਸਾਇਟੀ ਦਾ ਸਤਿਕਾਰ ਹੁੰਦਾ। ਜਦੋਂ ਤੁਸੀਂ ਪਲੇਅਰ ਦੀ ਕਦਰ ਕਰੋਗੇ, ਪਲੇਅਰ ਨੂੰ ਇੱਕ ਬਹੁਤ ਵੱਡਾ ਰੁਤਬਾ ਦਿਓਗੇ, ਤੇ ਫਿਰ ਆਉਂਦੇ ਆ ਵੀ ਨਤੀਜਾ ਆਉਣਾ, ਕਿਉਂਕਿ ਜਦੋਂ ਤੁਸੀਂ ਖਿਡਾਰੀ ਨੂੰ ਅਨਗੌਲਿਆ ਕਰੋਗੇ। ਮੈਂ ਅਜੇ ਕੱਲ ਹੀ ਇੱਕ ਕੁੜੀ ਸੀਗੀ ਅਥਲੀਟ, ਆਪਣਾ ਲੌਂਗ ਰੇਸ ਸੀਗੀ, ਉਹ ਵਿਚਾਰੀ ਨੇ ਬੀਏ ਕਰ ਲਈ ਤੇ ਉਹਨੂੰ ਕੋਈ ਜੋਬ ਨਹੀਂ ਹੈਗੀ, ਔਰ ਕੁੜੀ ਦੇ ਹਾਲਾਤ ਘਰ ਦੇ ਬਹੁਤ ਮਾੜੇ ਤਰਸਯੋਗ ਨੇ ਹੈਗੇ ਆ, ਵੀ ਜਦੋਂ ਪਲੇਅਰ ਦੇ ਹਾਲਾਤ ਏਦਾਂ ਦੇ ਹੋਣਗੇ ਤੇ ਫਿਰ ਨੀ ਲੋਕਾਂ ਨੇ ਸਪੋਰਟਸ ਵੱਲ ਆਉਣਾ। ਜੇ ਤੁਸੀਂ ਪਲੇਅਰਾਂ ਨੂੰ ਰਿਕਾਰਡ ਦਿਓਗੇ ਤੇ ਜੋਬ ਅਪਰਚੁਨਿਟੀ ਦਿਓਗੇ, ਉਹਨੂੰ ਸੁਸਾਇਟੀ ਦੇ ਵਿੱਚ ਸਤਿਕਾਰ ਦਿਓਗੇ, ਔਰ ਜਦੋਂ ਵੀ ਕੋਈ ਵੱਡਾ ਫੰਕਸ਼ਨ ਹੁੰਦਾ, 15 ਅਗਸਤ ਹੈਗੀ ਆ, 26 ਜਨਵਰੀ ਹੈਗੀ ਆ, ਉਹਦੇ ਵਿੱਚ ਖਿਡਾਰੀਆਂ ਨੂੰ ਇੱਕ ਵੱਖਰਾ ਸਤਿਕਾਰ ਦਿੱਤਾ ਜਾਵੇ ਤੇ ਉਹਨਾਂ ਨੂੰ ਸੀਨੀਅਰ ਸਿਟੀਜ਼ਨ ਵਜੋਂ ਮੰਨਿਆ ਜਾਵੇ, ਤੇ ਆਪਦੇ ਆਪ ਬੱਚੇ ਸਪੋਰਟਸ ਕਰਨਗੇ, ਕਿਉਂਕਿ ਹਰ ਫੀਲਡ ਸਤਿਕਾਰ ਪਾਉਣ ਤੇ ਅੱਜ ਜਿਹੜੇ ਫੀਲਡਾਂ ਲੋਕ ਜਾ ਰਹੇ ਨੇ ਜਾਂ ਰਾਜਨੀਤਿਕ ਲੋਕ ਆਪਣੇ ਬੱਚਿਆਂ ਨੂੰ ਕਿਸੇ ਹੋਰ ਪਾਸੇ ਤੋਂ ਹਟਾ ਕੇ ਰਾਜਨੀਤੀ ਦੇ ਵਿੱਚ ਆਪਣੇ ਨਾਲ ਜੋੜ ਰਹੇ ਨੇ, ਤੇ ਉਹਨਾਂ ਨੂੰ ਦੱਸਦਾ ਵੀ ਇੱਥੇ ਅਸੀਂ ਪ੍ਰਫੁੱਲਿਤ ਹੋਵਾਂਗੇ ਜਿਵੇਂ ਮਰਜ਼ੀ ਹੋਣਾ, ਚਾਹੇ ਨੈਗੇਟਿਵ ਤਰੀਕੇ ਨਾਲ ਹੋਣ ਜਾਂ ਪੋਜ਼ਿਟਿਵ ਨਾਲ ਹੋਣ, ਕਿਉਂਕਿ ਰਸਤਾ ਮੰਜ਼ਿਲ ਇੱਕ ਦਿਸਣੀ ਚਾਹੀਦੀ ਆ ਵੀ ਉੱਥੇ ਮੈਨੂੰ ਸਤਿਕਾਰ ਮਿਲੂਗਾ। ਅੱਗੇ ਬੱਚੇ ਖੇਡਦੇ ਸੀਗੇ ਵੀ ਮੈਂ ਆਪਦੀ ਜੇਬ ਦੇ ਉੱਤੇ ਇੰਡੀਆ ਲਿਖਾਉਣਾ, ਹੁਣ ਪ੍ਰੋਫੈਸ਼ਨਲਿਜ਼ਮ ਆ ਗਿਆ ਵਾ ਤੇ ਹੁਣ ਹਰ ਬੱਚਾ ਚਾਹੁੰਦਾ ਵੀ ਮੈਨੂੰ ਮਿਲੂਗੀ। ਅੱਜ IPL ਦਾ ਲੋਕ ਮੈਚ ਦੇਖਣ ਲਈ ਵੀ ਮੋਹਾਲੀ ਜਾਂਦੇ ਨੇ, ਦੂਰ ਦੂਰ ਵੀ ਜਾਂਦੇ ਨੇ, ਦੂਜੀਆਂ ਗੇਮਾਂ ਨੂੰ ਦੇਖਦੇ ਕਿਉਂ ਹੈਗੇ, ਕਿਉਂਕਿ ਉਹਨਾਂ ਨੇ ਉਸਦਾ ਸਟੇਟਸ ਸਿੰਬਲ ਬਹੁਤ ਉੱਚਾ ਕਰਤਾ ਕ੍ਰਿਕਟ ਦਾ, ਔਰ ਕ੍ਰਿਕਟ ਨੂੰ ਬਹੁਤ ਉੱਚਾ ਲੈ ਗਏ ਨੇ, ਤੇ ਦੂਸਰੀਆਂ ਗੇਮਾਂ ਦਾ ਲੈਵਲ ਵੀ ਉਸ ਪੱਧਰ ਤੇ ਹੋ ਜਾਊਗਾ ਕ੍ਰਿਕਟ ਵਾਂਗ, ਤੇ ਲਾਜ਼ਮੀ ਬੱਚੇ ਜੁੜਨਗੇ ਖੇਡਾਂ ਵੱਲ। ਅੱਜ ਜੇ ਗੋਆ ਦੇ ਵਿੱਚ ਫੁੱਟਬਾਲ ਇੰਨੀ ਪਾਪੂਲਰ ਆ, ਬੰਗਾਲ ਦੇ ਵਿੱਚ ਇੰਨੀ ਪਾਪੂਲਰ ਆ, ਪੰਜਾਬ 'ਚ ਕਿਉਂ ਨੀ ਹੈਗੀ? ਔਰ ਹਾਕੀ ਦੇ ਵਿੱਚ ਅੱਜ ਵੀ ਸਾਡੇ 10-10, 9-9, 8-8 ਪਲੇਅਰ ਟੀਮ 'ਚ ਜਾਂਦੇ ਨੇ, ਤੇ ਪਰ ਦੇਖੋ ਜਿਹੜੀਆਂ ਦੁਨੀਆਂ ਟੀਮਾਂ ਨੇ ਉਹਦੇ ਵਿੱਚ 250 ਦੇ ਪਲੇਅਰ ਆਉਣੇ ਸਟਾਰਟ ਹੋ ਗਏ ਨੇ, ਕਿਉਂਕਿ 250 ਦੇ ਵਿੱਚ ਇਨਫਰਾਸਟ੍ਰਕਚਰ ਸਿਸਟਮ ਬਹੁਤ ਵੱਡਾ ਬਣ ਗਿਆ ਹਾਕੀ ਦਾ, ਤੇ ਪੰਜਾਬ ਦੇ ਮੁੰਡੇ ਘੱਟ ਗਏ ਨੇ। ਜੇ ਪੰਜਾਬ ਅੱਜ ਤੋਂ ਚਿੱਤਾ ਧਿਆਨ ਦਊ, ਆਉਣ ਵਾਲੇ 5 ਸਾਲ ਵਿੱਚ ਪੰਜਾਬ ਦੇ ਮੁੰਡੇ ਫਿਰ ਆਉਣੇ ਸਟਾਰਟ ਹੋ ਜਾਂਦੇ ਆ। ਇਸ ਕਰਕੇ ਸਰਕਾਰਾਂ ਦਾ ਰੋਲ ਨਿਭਾਉਣਾ ਪਊ, ਲੋਕ ਆਪਦੇ ਆਪ ਜੁੜ ਜਾਂਦੇ ਆ। ਜੀ ਬਿਲਕੁਲ ਬਿਲਕੁਲ ਜੀ, ਜਰਖੜ ਸਾਹਿਬ ਸਾਡੇ ਪਿੰਡਾਂ ਦੇ ਵਿੱਚ ਵੀ ਵੈਸੇ ਬੜੇ ਪਲੇਅਰ ਹੋਏ ਆ, ਮੈਂ ਨਹੀਂ ਕਹਿੰਦਾ ਸ਼ਹਿਰਾਂ 'ਚ ਨਹੀਂ ਹੁੰਦੇ, ਸ਼ਹਿਰਾਂ 'ਚ ਵੀ ਹੁੰਦੇ ਆ, ਪਰ ਪਿੰਡਾਂ ਵਾਲੇ ਕੋਲ ਹੁੰਦਾ ਕੀ ਹੈ ਕਿ ਬਈ ਤੁਹਾਨੂੰ ਪਤਾ ਕਿ ਗਰਾਊਂਡਾਂ ਦੀ ਵੀ ਘਾਟ ਹੁੰਦੀ ਹੈ, ਬੇਸ਼ੱਕ ਚਲੋ ਗਰਾਊਂਡ ਹੁੰਦੇ ਆ ਪਰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤਾਂ ਉਹਨਾਂ ਨੂੰ ਅਸੀਂ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਜੇ ਆਪਾਂ ਆਖੀਏ ਕਿ ਬਈ ਓਲੰਪਿਕ ਤੱਕ ਲੈ ਕੇ ਜਾਣ ਵਾਲਾ ਜਾਂ ਛੋਟੇ ਸ਼ਹਿਰਾਂ ਵਾਲਾ ਖਾਸ ਕਰਕੇ, ਤਾਂ ਉਹਨਾਂ ਨੂੰ ਓਲੰਪਿਕ ਤੱਕ ਲੈ ਕੇ ਜਾਣ ਦੇ ਲਈ ਮਤਲਬ ਕੋਈ ਮਤਲਬ ਤੁਹਾਡੇ ਇਹ ਤਜਰਬੇ ਦੇ ਮੁਤਾਬਕ ਤਾਂ ਕੀ ਚੀਜ਼ ਆ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਦੇ ਜ਼ਰੀਏ ਅਸੀਂ ਇਸ ਤਰ੍ਹਾਂ ਦੇ ਨਾਲ ਸਾਡੇ ਬੱਚੇ ਆ ਜਿਹੜੇ ਉਹ ਉੱਪਰ ਤੱਕ ਪਹੁੰਚ ਸਕਣਗੇ, ਜਾਂ ਖਾਸ ਕਰਕੇ ਜਿਹੜੀ ਕਰੀਮ ਵਿੱਚੇ ਰੁਲ ਜਾਂਦੀ ਆ
ਉਹਨੂੰ ਕਿਵੇਂ ਚਾਂਸ ਮਿਲ ਸਕਦੇ ਆ? ਬਿਲਕੁਲ ਜੀ, ਬਹੁਤ ਵਧੀਆ ਸਵਾਲ ਕੀਤਾ। ਇਹ ਸਵਾਲ ਮੈਂ ਆਪਣੇ ਖੇਡ ਮੰਤਰੀ ਸਾਹਿਬ ਨੂੰ ਵੀ ਕੀਤਾ ਸੀਗਾ। ਚੀਨ ਦਾ 800 ਤੋਂ ਲੈ ਕੇ 1000 ਦੇ ਕਰੀਬ ਪਲੇਅਰ ਲੰਬਲੇ ਕੁਆਲੀਫਾਈ ਕਰ ਜੀ, ਤੇ ਇੰਡੀਆ ਦੀ ਵਾਦੀ ਹੋਣੀ ਆ, ਇੰਡੀਆ ਦੇ 80 ਤੋਂ ਲੈ ਕੇ 120 ਦੇ ਕਰੀਬ ਪਲੇਅਰ ਕੁਆਲੀਫਾਈ ਕਰਦੇ। ਕਾਰਨ ਕੀ ਆ, ਚੀਨ ਦੇ ਵਿੱਚ ਹਰ 5-7 ਪਿੰਡਾਂ ਦੇ ਮਗਰ ਗੇਮ ਦੇ ਸੈਂਟਰ ਬਣੇ ਹੋਏ ਨੇ। ਉਹਨਾਂ ਨੇ ਕੁਆਂਟਿਟੀ ਤੋਂ ਕੁਆਲਿਟੀ ਕੱਢੀ ਆ, ਕੁਆਂਟਿਟੀ ਉਹਨਾਂ ਕੋਲ ਇੰਨੀ ਹੋ ਗਈ ਆ, ਪਲੇਅਰਾਂ ਦੀ ਕੁਆਲਿਟੀ ਆਪਦੇ ਮਿਲਣੀ ਆ, ਹਮੇਸ਼ਾ ਕੁਆਂਟਿਟੀ ਚੋਂ ਕੁਆਲਿਟੀ ਮਿਲਦੀ ਹੁੰਦੀ ਆ। ਤੇ ਸਾਡੇ ਕੋਲ ਪਲੇਅਰ ਹੀ ਗਿਣਤੀ ਦੇ ਨੇ ਹੈਗੇ, ਭਾਵੇਂ ਇੱਕ ਹਰਿਆਣੇ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਤਾਂ ਕੋਈ ਬੱਚਾ ਸਪੋਰਟਸ ਕਰਕੇ ਹੀ ਰਾਜੀ ਨਹੀਂ। ਸਭ ਤੋਂ ਵੱਡੀ ਗੱਲ ਆ, ਕੋਈ ਮਾਂ ਬਾਪ ਆਪਦੇ ਬੱਚੇ ਨੂੰ ਸਪੋਰਟਸ ਕਰਾ ਕੇ ਰਾਜੀ ਨਹੀਂ। ਤੇ ਜਦੋਂ ਕੋਈ ਵੀ ਸਰਕਾਰ ਆ, ਕਿਸੇ ਵੀ ਸਟੇਟ ਦੀ ਸਰਕਾਰ ਆ, ਇਹ ਕਿਉਂਕਿ ਕੋਈ ਵੀ ਚੀਜ਼ ਪ੍ਰਮੋਟ ਜਦੋਂ ਹੁੰਦੀ ਆ, ਜਦੋਂ ਤੁਸੀਂ ਉਹਦੇ ਕਲਚਰ ਨੂੰ ਪ੍ਰਮੋਟ ਕਰਦੇ ਹੋ। ਦੇਖੋ ਪੰਜਾਬ ਦੇ ਵਿੱਚ ਡਰੱਗ ਇੰਨੀ ਵੱਧ ਗਈ, ਕਿਉਂ ਵੱਧ ਗਈ? ਕਿਉਂਕਿ ਡਰੱਗ ਪ੍ਰਮੋਟ ਕੀਤੀ। ਇਸੇ ਤਰ੍ਹਾਂ ਉਹ ਨੈਗੇਟਿਵ ਪੱਖ ਹੈ, ਇਸੇ ਤਰ੍ਹਾਂ ਜੇ ਪੋਜ਼ਿਟਿਵ ਪੱਖ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਊਗਾ ਪੰਜਾਬ ਦੇ ਵਿੱਚ, ਸਪੋਰਟਸ ਕਲਚਰ ਨੂੰ ਪ੍ਰਮੋਟ ਕੀਤਾ ਜਾਊਗਾ, ਬੱਚੇ ਆਪਦੇ ਆਪ ਜੁੜਨਗੇ। ਜਦੋਂ ਬੱਚੇ ਸਪੋਰਟਸ ਨਾਲ ਜੁੜਨਗੇ, ਉੱਥੇ ਕੁਆਂਟਿਟੀ ਆਊਗੀ। ਤੇ ਪੰਜਾਬ ਦੇ ਵਿੱਚ ਦੇਖੋ 16,000 ਸਕੂਲ ਆ, ਔਰ ਪੰਜਾਬ ਦੇ ਵਿੱਚ 7,000 ਦੇ ਕਰੀਬ ਡੀਵੀ ਪੀਟੀ ਮਾਸਟਰ ਆ, ਤੇ ਬਾਕੀ ਕਿੰਨਾ ਰਹਿ ਗਿਆ, 8-9,000 ਹੋਰ ਭਰਤੀ ਕਰ ਲੈਣ। ਹਾਂਜੀ ਬਿਲਕੁਲ, ਚੀਨ ਦੇ 7 ਪਿੰਡਾਂ ਦੇ ਮਗਰ ਇੱਕ ਸੈਂਟਰ ਬਣਿਆ, ਪੰਜਾਬ ਦੇ ਵਿੱਚ ਤਾਂ 9,000 ਬੰਦੇ ਦੀ ਭਰਤੀ ਕਰਕੇ ਹਰ ਪਿੰਡ ਦੇ ਵਿੱਚ ਇੱਕ ਸੈਂਟਰ ਬਣ ਸਕਦਾ। ਫਿਰ ਹੁਣ ਸਪੋਰਟਸ ਡਿਪਾਰਟਮੈਂਟ ਨੇ ਐਲਾਨ ਕੀਤਾ ਪਾਲਿਸੀ ਦੇ ਵਿੱਚ ਵੀ ਅਸੀਂ 2300-2400 ਬੰਦਾ ਸਪੋਰਟਸ ਡਿਪਾਰਟਮੈਂਟ ਐਜ ਏ ਕੋਚ ਭਰਤੀ ਕਰਨਾ, ਔਰ ਜੇ 2300-2400 ਕੋਚ ਆ ਗਿਆ ਤਾਂ ਵਾਕਈ ਰਿਜ਼ਲਟ ਆਉਣਗੇ। ਕਿਉਂਕਿ ਬੱਚੇ ਦਾ ਸਪੋਰਟਸ ਕਰਨੀ ਚਾਹੁੰਦੇ, ਫਿਰ ਜਦੋਂ ਬੱਚੇ ਨੂੰ ਪਤਾ ਵੀ ਮੈਨੂੰ ਸਪੋਰਟਸ ਕਰਕੇ ਆ ਫਾਇਦਾ ਮਿਲਣਾ, ਮੈਨੂੰ ਇੰਨਾ ਇਨਾਮ ਮਿਲਣਾ, ਇੰਨੀ ਮੈਨੂੰ ਇਸ ਪੱਧਰ ਦੀ ਜੋਬ ਮਿਲਣੀ ਆ, ਜੇ ਮੈਂ ਸਟੇਟ ਚੋਂ ਫਸਟ ਆਉਂਦਾ ਤਾਂ ਮੈਨੂੰ ਇੰਨਾ ਪ੍ਰਾਈਜ਼ ਮਨੀ ਮਿਲਣਾ, ਜੇ ਮੈਂ ਨੈਸ਼ਨਲ ਚੋਂ ਮੇਰਾ ਮੈਡਲ ਆਉਂਦਾ ਤਾਂ ਮੈਨੂੰ ਇੰਨਾ ਪ੍ਰਾਈਜ਼ ਮਨੀ ਮਿਲਣਾ, ਅਗਰ ਮੈਂ ਕਾਮਨਵੈਲਥ ਗੇਮ ਦੇ ਵਿੱਚੋਂ ਮੈਡਲ ਆ ਤਾਂ ਮੈਨੂੰ ਇਸ ਪੱਧਰ ਦਾ ਪ੍ਰਾਈਜ਼ ਮਨੀ ਆ ਤੇ ਇਸ ਪੱਧਰ ਦੀ ਜੋਬ ਆ। ਇਹ ਸਰਕਾਰ ਨੇ ਬੜਾ ਵਧੀਆ ਕੀਤਾ ਜੀ, ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ ਦੀ ਜੋਬ ਕੀਤੀ ਆ। ਅਗਰ ਓਲੰਪਿਕ ਤੁਹਾਡਾ ਮੈਡਲ ਆਉਂਦਾ ਤਾਂ ਤੁਹਾਨੂੰ ਏ ਗ੍ਰੇਡ ਦੀ ਜੋਬ ਆ, ਠੀਕ ਆ? ਤੇ ਕਾਮਨਵੈਲਥ ਗੇਮ ਇਸ ਗੇਮ ਚ ਤੁਹਾਨੂੰ ਬੀ ਗ੍ਰੇਡ ਦੀ ਜੋਬ ਦੇ ਰਹੇ ਨੇ ਉਹ। ਤੇ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ, ਤੁਸੀਂ ਆਪਦੇ ਆਪ ਦੇਖਿਓ ਵੀ ਪੰਜਾਬ ਦੇ ਵਿੱਚੋਂ ਸਪੋਰਟ, ਕਿਉਂ ਟੈਲੈਂਟ ਦੀ ਕੋਈ ਕਮੀ ਨਹੀਂ ਪੰਜਾਬ ਦੇ ਵਿੱਚ, ਅੱਜ ਵੀ ਟੈਲੈਂਟ ਦੀ ਕੋਈ ਕਮੀ ਨਹੀਂ ਹੈ, ਬਿਲਕੁਲ ਜੀ। ਸਿਰਫ ਟੈਲੈਂਟ ਨੂੰ ਦੱਸਣ ਦੀ ਲੋੜ ਆ, ਟੈਲੈਂਟ ਦੀ ਖੋਜ ਕਰਨ ਦੀ ਲੋੜ ਹੈਗੀ ਆ, ਠੀਕ ਆ? ਇਹ ਪਾਲਿਸੀ ਬਣ ਗਈ, ਇਹ ਪਾਲਿਸੀ ਕੱਲੀ ਇਹ ਨਹੀਂ ਐਲਾਨ ਕਰਕੇ ਹੋ ਜਾਣੀ ਆ, ਇਹ ਪਾਲਿਸੀ ਜਦੋਂ ਗਰਾਊਂਡਾਂ ਦੇ ਵਿੱਚ ਇਹਨੂੰ ਅਮਲੀ ਜਾਮਾ ਪਵੇਗਾ, ਇਹਦੇ ਫਿਰ ਰਿਜ਼ਲਟ ਆਉਣੇ ਨੇ। ਜਿਹੜੇ ਸਾਡੇ ਵਰਗੇ ਕਮਲੇ ਬੰਦੇ ਲੱਗੇ ਹੋਏ ਨੇ ਗਰਾਊਂਡਾਂ ਦੇ ਵਿੱਚ, ਮੇਰੇ ਸਾਹਮਣੇ ਜਾਂਦੇ ਨੇ, ਅੱਜ ਵੀ 4 ਘੰਟੇ ਦੀ ਗਰਾਊਂਡ ਜਾਂਦੇ ਆ ਤੇ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਨੇ, ਉਹਨਾਂ ਬੰਦਿਆਂ ਦੀ ਕਦਰ ਹੋਵੇ, ਉਹਨਾਂ ਬੰਦਿਆਂ ਨੂੰ ਨਾਲ ਜੋੜਿਆ ਜਾਵੇ, ਤੇ ਔਰ ਆਪਦੇ ਆਪ ਜਿਹੜੇ ਹੋਰ ਸਿਆਣੇ ਬੰਦੇ ਬੈਠੇ ਨੇ, ਜਿਹੜੇ ਇਸ ਮੌਕੇ ਖੁੰਡਾਂ ਦੇ ਬੈਠੇ ਤਾਂ ਸਕੁੱਟੀ ਜਾਂਦੇ ਨੇ ਜਾਂ ਠੇਕਿਆਂ ਵੱਲ ਜਾਂਦੇ ਨੇ, ਆਪਦੇ ਆਪ ਹੀ ਹਟ ਕੇ ਉੱਧਰ ਨੂੰ ਆਉਣਗੇ। ਗੱਲ ਸਿਰਫ ਸਪੋਰਟਸ ਕਲਚਰ ਨੂੰ ਪ੍ਰਮੋਟ ਕਰਨ ਦੀ ਆ, ਤੇ ਇਹ ਸਰਕਾਰ ਦੇ ਹੱਥ ਸਪੋਰਟਸ ਕਲਚਰ ਪ੍ਰਮੋਟ ਕਿਵੇਂ ਕਰਨਾ ਜੇ ਉਹ ਰਾਜਨੀਤਿਕ। ਅੱਜ ਹਰ ਬੰਦਾ ਕੋਈ ਨਾ ਕੋਈ ਚੇਅਰਮੈਨ ਹੀ ਭਾਲਦਾ ਰਾਜਨੀਤੀ ਦੇ ਵਿੱਚ, ਕੋਈ ਨਾ ਕੋਈ ਸਟੇਟ ਸਿੰਬਲ ਭਾਲਦਾ, ਕਿਉਂ? ਕਿਉਂਕਿ ਰਾਜਨੀਤੀ ਪ੍ਰਮੋਟ ਹੋ ਚੁੱਕੀ ਆ। ਸਾਡੇ ਪੰਜਾਬ ਦੇ ਵਿੱਚ ਚਿੱਟਾ ਡਰੱਗ ਪਤਾ ਨੀ ਸਮਝਦਾ, ਚਾਹੇ ਦੇਖੀ ਵੀ ਨੀ, ਉਹ ਪ੍ਰਮੋਟ ਹੋ ਗਈ, ਉਹਨੂੰ ਲੀਡਰਾਂ ਨੇ ਪ੍ਰਮੋਟ ਕਰ ਦਿੱਤਾ। ਜੇ ਇਹੀ ਲੀਡਰ ਰੱਬ ਦਾ ਭਲਾ ਕਰਨ, ਕੁਦਰਤ ਦਾ ਭਲਾ ਕਰਨ, ਵੀ ਸਪੋਰਟਸ ਨੂੰ ਪ੍ਰਮੋਟ ਕਰਦੇ ਨਾ, ਤੇ ਆਪਦੇ ਆਪ ਹੀ ਪੰਜਾਬ ਨੰਬਰ 1 ਸੂਬਾ ਹੋਊ। ਔਰ ਪੰਜਾਬ ਸਭ ਤੋਂ ਜਿਹੜਾ ਵਧੀਆ ਨਸ਼ਾ ਵਾ ਜੇ ਪੰਜਾਬ ਦੇ ਵਿੱਚ, ਮੈਂ ਨੌਜਵਾਨਾਂ ਨੂੰ ਕਹਿੰਦਾ ਵਾ, ਇਹ ਡਰੱਗ ਤੋਂ ਵਧੀਆ ਸਾਰੇ, ਸਪੋਰਟਸ ਤੋਂ ਵਧੀਆ ਕੋਈ ਨੀ, ਉਹ ਡਰੱਗ ਤੋਂ ਵਧੀਆ ਨਸ਼ਾ ਵਾ। ਤੁਸੀਂ ਸਪੋਰਟਸ ਦੇ ਸਮਰਥਨ ਲਓ, ਇਦੋਂ ਵਧੀਆ ਨਸ਼ਾ ਤੁਹਾਨੂੰ ਮਿਲੇ ਨੀ ਸਕਦਾ। ਜੀ ਜੀ ਬਿਲਕੁਲ ਬਿਲਕੁਲ। ਜਰਖੜ ਸਾਹਿਬ, ਮੇਰਾ ਅਖੀਰਲਾ ਸਵਾਲ ਆ ਜੀ, ਕਿ ਠੀਕ ਆ ਕਿ ਸਾਡੀਆਂ ਬੱਚੀਆਂ ਕਜਿਆ ਕੁੜੀਆਂ ਨੇ, ਉਹ ਵੀ ਬੜਾ ਕਹਿ ਲਓ ਕਿ ਯੋਗਦਾਨ ਪਾਉਂਦੀਆਂ, ਪਰ ਉਹਨਾਂ ਨੂੰ ਅੱਗੇ ਕਿਵੇਂ ਲਿਆ ਜਾ ਸਕਦਾ, ਖਾਸ ਕਰਕੇ ਕਿਉਂਕਿ ਪਿੰਡਾਂ 'ਚੋਂ ਜਾਂ ਛੋਟੇ ਸ਼ਹਿਰਾਂ 'ਚੋਂ ਉਹ ਬੱਚੀਆਂ ਨੂੰ ਬੜਾ ਔਖਾ ਹੋ ਜਾਂਦਾ, ਕਿਉਂਕਿ ਇੱਕ ਤਾਂ ਇਹ ਕਿ ਬਈ ਸਾਧਨ ਵੀ ਥੋੜ੍ਹੇ ਹੁੰਦੇ ਆ, ਵਸੀਲੇ ਜ਼ਿਆਦਾ ਨਹੀਂ ਹੁੰਦੇ, ਜਾਂ ਕਈ ਵਾਰੀ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਪਾਉਂਦੇ, ਤਾਂ ਉਹਨਾਂ ਬੱਚੀਆਂ ਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾ ਸਕਦੇ ਹਾਂ, ਖਾਸ ਕਰ ਓਲੰਪਿਕ ਤੱਕ ਕਿਵੇਂ ਪਹੁੰਚਾ ਸਕਦੇ ਹਾਂ? ਮੇਰੇ ਦਿਲ ਦੀ ਗੱਲ ਕੀਤੀ ਆ, ਮੈਂ ਬਾਰ ਬਾਰ ਕਿਹਾ ਸੀਗਾ ਮੰਤਰੀ ਸਾਹਿਬ ਨੂੰ ਵੀ, ਭਗਵੰਤ ਮਾਨ ਜੀ ਨੂੰ ਕਿਹਾ ਸੀ ਪਹਿਲਾਂ, ਬਈ ਜਰ ਕੁੜੀਆਂ ਵਾਸਤੇ ਇੱਕ ਵੱਖਰੀ ਪਾਲਿਸੀ ਬਣਾਓ। ਪੰਜਾਬ ਦੇ ਵਿੱਚ ਤਾਂ ਕੁੜੀਆਂ ਇੰਨੀਆਂ ਤਰੱਲੇਦਾਰ ਨੇ, ਤਕੜੀਆਂ ਨੇ, ਜਿਹੜੀਆਂ ਕੁੜੀਆਂ ਬਹੁਤ ਜਲਦੀ ਨਤੀਜੇ ਦੇ ਸਕਦੀਆਂ ਨੇ, ਔਰ ਖਾਸ ਕਰਕੇ ਜਿਵੇਂ ਇੰਡੀਵਿਜੁਅਲ ਗੇਮ, ਵੇਟ ਲਿਫਟਿੰਗ ਆ, ਕੁਸ਼ਤੀ ਹੈਗੀ ਆ, ਐਥਲੈਟਿਕਸ ਹੈਗੀ ਆ, ਇਕੱਲੇ ਕੁਛ ਨਹੀਂ, ਔਰ ਹਾਕੀ ਦੇ ਵਿੱਚ ਟੀਮ ਗੇਮ ਦੇ ਵਿੱਚ ਇੰਨੇ ਵਧੀਆ ਰਿਜ਼ਲਟ ਦੇ ਸਕਦੇ ਆ। ਜੇ ਹਰਿਆਣਾ ਦੇ ਵਿੱਚ ਸ਼ਾਹਬਾਦ ਮਾਰਕੰਡਾ, ਜਿੱਥੋਂ ਗਰੀਬ ਕੁੜੀਆਂ, ਕੋਈ ਮੋਚੀ ਦੀ ਕੁੜੀ ਆ, ਕੋਈ ਲੇਬਰ ਕਲਾਸ, ਉਹ 9-9, 10-10 ਕੁੜੀਆਂ ਇੰਡੀਆ ਨੂੰ ਰਿਪ੍ਰੈਜੈਂਟ ਕਰ ਸਕਦੀਆਂ ਨੇ, ਓਲੰਪਿਕ ਦੇ ਸੈਮੀਫਾਈਨਲ ਤੱਕ ਪਹੁੰਚ ਸਕਦੀਆਂ ਨੇ। ਪੰਜਾਬ ਦੀ ਕੁੜੀ ਦੀ ਕੋਈ ਕੁੜੀ ਜੀ ਪ੍ਰਜੀਤ ਪੈਨਲਟੀ ਕਰਨ ਲਾ ਲਾ ਕੇ ਉਹਨੂੰ
इंडिया टीम कि लै गई है, चार गोल उन्हें ओलंपिक दे विच कीते ने। और जे कुड़ियां वक्री पॉलिसी बने, जे बहुत ही ना से पांच चार गेमां दे उत्ते कुड़ियां वल ध्यान देन, टीम गेम्स दे विच हॉकी दे ध्यान दे दो, पांच सात इंडिविजुअल गेम्स चुन लो। और पंजाबियों जिन्नियां जॉब ने जिवें बड़े वधिया महकमे ने, बैंकां हैगियां ने, बिजली बोर्ड डिपार्टमेंट हैगा, मंडी बोर्ड डिपार्टमेंट हैगा, कारपोरेशन हैगियां ने, उन्हां दे विच टीमां तैयार कर देणगियां ने, स्पोर्ट्स डिपार्टमेंट दी टीम कुड़ियां तैयार कर देण। और कुड़ियां वर्गा कुछ नहीं हैगा बेचारा, इस करके कुड़ियां वास्ते अजे भी चेचा ध्यान देना चाहिए, कुड़ियां वास्ते एक वक्री पॉलिसी तैयार होनी चाहिए है। और पंजाब दी कुड़ियां मेरा ख्याल है दो साल दे विच इंडिया दे विच जी जरखड़ साहब, जरखड़ साहब उम्मीद करते हैं जी कि तुहाडे सुझाव जिहड़े आ उह सरकार तक पहुँचण, ते सरकार इन्हां दे उत्ते ध्यान देवे, ते जल्दी साढ़े पंजाब दे जिहड़े बच्चे ने उह जल्दी आ जिहड़े होर नाम रोशन करन जी, ते समां दित्ता जी उहदे लई। जी जी होर बोलूंगा जी, मेरे मन च जी पंजाब क्योंकि साडा हुण तक देश की आजादी तो बाद जे हुण तक वधिया नतीजा आया, जां पंजाबी खिडारियों के दम के उत्ते इंडिया ने अठ गोल्ड जितने ओलंपिक दे विच, एक सिल्वर आया, ब्रोंज आए ने, टीम गेम दे विच जो कदे ओलंपिक विच साडा टीम गेम च मैडल आना तां हॉकी च आना, असीं फुटबाल च दूर हाँ, बास्केटबाल च दूर हाँ, वालीबाल च दूर हाँ। वी पंजाब सरकार नूं इक होर चाहीदा, पंजाब दे विच कम से कम 10 वड्डियां टर्फ और 25 ਤੋਂ 30 ਦੇ ਕਰੀਬ ਜਿਹੜੀਆਂ 7 ਏ ਸਾਈਡ 6 ਏ ਸਾਈਡ ਟਰਫ ਲੱਗਣੀਆਂ ਚਾਹੀਦੇ ਨੇ। ਇਹ ਕੋਈ ਵੱਡਾ ਬਜਟ ਨਹੀਂ ਹੈਗਾ ਸਰਕਾਰ ਦੇ ਲਈ, ਔਰ ਇਹ ਮੈਂ ਸ਼੍ਰੋਮਣੀ ਕਮੇਟੀ ਨੂੰ ਮੈਂ ਬੇਨਤੀ ਕਰਦਾ ਉਹ ਵੀ 4-5 ਟਰਫ ਲਾਵੇ, ਕਿਉਂਕਿ ਜੇ ਪੰਜਾਬ ਜਿਹੜੀ ਪੰਜਾਬ ਆ ਹਾਕੀ ਇਹਦੇ ਖੂਨ ਚ ਬਸੀ ਖੇਡ ਆ, ਪੰਜਾਬ ਚਾਹੇ ਪਾਕਿਸਤਾਨ ਦਾ, ਪੰਜਾਬ ਚਾਹੇ ਇੰਡੀਆ ਦਾ, ਪੰਜਾਬੀਆਂ ਤੋਂ ਬਿਨਾਂ ਵਰਲਡ ਹਾਕੀ ਤੋਂ ਲਈ ਆ, ਇਹ ਸਰਕਾਰ ਜ਼ਰੂਰ ਕਰੇ। ਮੈਂ ਆਪਣੇ ਗੁਰਮੀਤ ਸਿੰਘ ਮੀਥੀਅਰ ਨੂੰ ਬੇਨਤੀ ਕਰਦਾ ਵਾਂ ਕਿ ਪੰਜਾਬ ਦੇ ਵਿੱਚ 30-40 ਟਰਫਾਂ ਲਗਾਈਆਂ ਜਾਣ, ਅਗਰ 40 ਟਰਫਾਂ ਵੀ ਲੱਗ ਗਈਆਂ ਮੇਰਾ ਖਿਆਲ ਆ ਅਸੀਂ ਹਾਲੈਂਡ ਜਰਮਨੀ ਵਰਗੇ ਹੋ ਜਾਵਾਂਗੇ, ਕਿਉਂਕਿ ਹਾਲੈਂਡ ਇੱਕ ਪੰਜਾਬ ਜਿਹੜਾ ਕੰਟਰੀ ਆ, ਔਰ ਉੱਥੇ ਮੈਂ ਜਦੋਂ ਕਈ ਵਾਰ ਮੈਂ ਜਾ ਚੁੱਕਿਆ, 1000 ਐਸਟੋ ਟਰਫ ਆ, ਜਰਮਨ ਦੇ ਵਿੱਚ 300 ਦੇ ਕਰੀਬ ਐਸਟੋ ਟਰਫ ਹੈਗੀ ਆ, ਬੈਲਜੀਅਮ ਇੱਕ ਨਿੱਕਾ ਜਿਹਾ ਮੁਲਕ ਆ, ਵਰਲਡ ਚੈਂਪੀਅਨ ਆ ਔਰ ਓਲੰਪਿਕ ਚੈਂਪੀਅਨ ਆ, ਔਰ ਉਹਦੇ ਵਿੱਚ ਮੇਰਾ ਖਿਆਲ ਆਪਣੀਆਂ 3-1 ਜ਼ਿਲ੍ਹਿਆਂ ਜਿੱਡਾ ਜਿਵੇਂ ਬੈਲਜੀਅਮ, ਉਹਦੇ ਵਿੱਚ 300-400 ਐਸਟੋ ਟਰਫ ਲੱਗੀ। ਇਸ ਕਰਕੇ ਪੰਜਾਬ ਸਰਕਾਰ ਨੂੰ ਘੱਟੋ ਘੱਟ 40 ਦੇ ਕਰੀਬ ਟਰਫਾਂ ਹੋਣੀਆਂ ਚਾਹੀਦੀਆਂ ਨੇ, ਔਰ ਹਾਕੀ 'ਚ ਅਸੀਂ ਨਹੀਂ ਮਰਦੇ ਹੈਗੇ, ਜੇ ਨਹੀਂ ਤਾਂ ਸਾਨੂੰ ਉੜੀਸਾ ਦੀ ਹੀ ਨਕਲ ਕਰ ਲੈਣੀ ਚਾਹੀਦੀ ਆ। ਉੱਥੇ ਦੇਖੋ ਕਿਵੇਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿਸਟਮ ਬਦਲ ਕੇ ਰੱਖ ਦਿੱਤਾ, ਇੰਨਾ ਵਧੀਆ ਇਨਫਰਾਸਟ੍ਰਕਚਰ ਪੈਦਾ ਕਰਤਾ, ਅੱਜ ਭੁਵਨੇਸ਼ਵਰ ਨੂੰ, ਰੁੜਕੇਲਾ ਨੂੰ ਵਰਲਡ ਦੀ ਹਾਕੀ ਕੈਪੀਟਲ ਕਿਹਾ ਜਾ ਰਿਹਾ, ਵਰਲਡ ਹਾਕੀ ਕਹਿੰਦੀ ਆ ਨਾ ਕਿ ਅਸੀਂ ਕਹਿੰਦੇ। ਇਸ ਕਰਕੇ ਸਾਨੂੰ ਪੰਜਾਬੀਆਂ ਦੇ ਖੂਨ ਚ ਬਸੀ ਗੇਮ ਹਾਕੀ ਔਰ ਅਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ। ਜੀ 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 ਬਿਲਕੁਲ ਜੀ, ਅਤੇ ਜਰਖੜ ਸਾਹਿਬ ਤੁਸੀਂ ਸਮਾਂ ਦਿੱਤਾ ਜੀ, ਉਹਦੇ ਲਈ ਧੰਨਵਾਦ, ਅਤੇ ਅਸੀਂ ਸਰਕਾਰ ਨੂੰ ਵੀ ਦਰਖਾਸਤ ਕਰਦੇ ਹਾਂ ਕਿ ਇਹਨਾਂ ਦੇ ਵਿੱਚੋਂ ਜੋ ਤੁਸੀਂ ਵਿਚਾਰਿਆ, ਜੋ ਤੁਸੀਂ ਸੁਝਾਅ ਦਿੱਤੇ ਆ ਕਿ ਸਰਕਾਰ ਉਹਨਾਂ ਵੱਲ ਥੋੜ੍ਹਾ ਧਿਆਨ ਦੇਵੇ, ਤਾਂ ਜੋ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਜਾਂ ਨਵੇਂ ਪਲੇਅਰ ਆ ਜਿਹੜੇ ਉਹ ਪੈਦਾ ਹੋਣ, ਅਤੇ ਪੈਦਾ ਹੋ ਕੇ ਪੰਜਾਬ ਦਾ ਨਾਮ ਆ ਜਿਹੜਾ ਉਹ ਪੂਰੀ ਦੁਨੀਆਂ ਦੇ ਵਿੱਚ ਰੋਸ਼ਨ ਕਰ ਜੇ। ਸਮਾਂ ਦੇਣ ਦੇ ਲਈ ਧੰਨਵਾਦ ਤੁਹਾਡਾ ਜਰਖੜ ਸਾਹਿਬ। ਥੈਂਕ ਯੂ ਜੀ, ਮਿਹਰਬਾਨੀ ਬਹੁਤ ਜੀ, ਧੰਨਵਾਦ ਜੀ, ਧੰਨਵਾਦ, ਅਤੇ ਨਾਲ ਦੀ ਨਾਲ ਹੀ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਦੁਬਾਰਾ ਨਵੇਂ ਐਪੀਸੋਡ ਦੇ ਵਿੱਚ ਫਿਰ ਜੁੜਦੇ ਹਾਂ, ਸਾਰਿਆਂ ਨੂੰ ਫਿਰ ਸਤਿ ਸ਼੍ਰੀ ਅਕਾਲ।